ਕੌਮ ਤੋਂ ਉਹਨਾਂ ਦੇ ਸਮੁੱਚੇ ਜੀਵਨ ਤੇ ਇੱਕ ਝਾਤ ਹੈ। ਕਿਵੇਂ ਉਹਨਾਂ ਦਾ ਜਨਮ ਹੋਇਆ? ਲੋਹਗੜ੍ਹ ਦੀ ਧਰਤੀ, ਪਿਤਾ ਗੁਰਬਖਸ਼ ਸਿੰਘ, ਮਾਤਾ ਲੰਜਨ ਕੌਰ ਦੀ ਕੁੱਖ ਨੂੰ ਭਾਗ ਲਾ ਕੇ ਆਈ। ਤਿੰਨ ਭੈਣਾਂ ਵੀ ਸਨ, ਭਰਾ ਵੀ ਸੀ, ਪਰ ਬੇਸ਼ੱਕ ਪਰਿਵਾਰ ਆਉਂਦਾ ਰਿਹਾ ਕਿ ਘਰ ਵੀ ਫੇਰਾ ਪਾਓ, ਤੇ ਬਾਬਾ ਜੀ ਨੇ ਇਹ ਕਹਿਣਾ ਮੇਰਾ ਪਰਿਵਾਰ ਇਹ ਦੋਵਾਂ ਹੀ ਆ, ਇਹਨਾਂ ਦੀ ਸੇਵਾ ਵਿੱਚ ਮੈਂ ਸਾਰੀ ਜ਼ਿੰਦਗੀ ਲਾਉਣੀ ਹੈ। ਤੇ 42 ਸਾਲ ਕੌਮ ਦੀ ਸੇਵਾ ਕੀਤੀ ਔਰ ਕਿਸੇ ਦੇ ਸਾਹਮਣੇ ਝੁਕੇ ਨਹੀਂ, ਕਿਸੇ ਵੱਡੇ ਤੋਂ ਵੱਡੇ ਫੰਨੇ ਖਾਂ ਦੀ ਕੀ ਨਹੀਂ ਮੰਨੀ, ਆਪਣੀ ਮਰਜ਼ੀ ਦੇ ਵਿੱਚ ਉਹ ਚੱਲਦੇ ਰਹੇ ਔਰ ਲੋਕ ਸਤਿਕਾਰ ਦੇ ਨਾਲ ਗਊਆਂ ਵਾਸਤੇ ਬੇਨਤੀਆਂ ਕਰਦੇ ਰਹੇ, ਬਾਬਾ ਜੀ ਸਾਡੇ ਖੇਤਾਂ ਵਿੱਚ ਆਓ। ਕਿਤੇ ਮਿਲਦੀ ਇਹੋ ਜਿਹੀ ਮਿਸਾਲ? ਕਿਉਂਕਿ ਉਹਨਾਂ ਫਸਲਾਂ ਦਾ ਰੰਗ ਹੀ ਬਦਲ ਜਾਂਦਾ ਸੀ, ਦੂਣਾ ਚੌਣਾ ਝਾੜ ਉਹਨਾਂ ਫਸਲਾਂ ਵਿੱਚੋਂ ਨਿਕਲਦਾ ਰਿਹਾ, ਜਿੱਥੇ ਉਹ ਗਊਆਂ ਉਹਨਾਂ ਫਸਲਾਂ ਨੂੰ ਖਾਂਦੀਆਂ। ਬਾਬਾ ਜ਼ਿੰਦਗੀ ਗਊਆਂ ਲੇਖੇ ਦਾ ਮਾਨੋ ਧਰਤੀ ਗਈ ਚਾਲਾ ਜਦ ਮਹਾਂਪੁਰਸ਼ਾ ਪਾਇਆ, ਜਿਸਨੇ ਵੀ ਸੁਣ ਲਿਆ ਸੀ ਚੱਲ ਕੇ ਬਾਬੇ ਬਕਾਰੇ ਆਇਆ, ਸੁਣ ਹਰ ਦਿਲ ਰੋਂਦਾ ਸੀ ਸੋਹਣਾ ਹੀਰਾ ਮੁੱਖ ਛਪਾਇਆ, ਧਨ ਪਾਲਾ ਸਿੰਘ ਬਾਬਾ ਜ਼ਿੰਦਗੀ ਗਊਆਂ ਲੇਖੇ ਲਾਇਆ, ਚੱਲ ਕੇ ਬਾਬੇ ਬਕਾਲੇ ਆਇਆ, ਸੋਹਣਾ ਹਰ ਦਿਲ ਰੋਂਦਾ ਸੀ ਸੋਹਣਾ ਹੀਰਾ ਮੁੱਖ ਛਪਾ ਗਿਆ, ਧਨ ਪਾਲਾ ਸਿੰਘ ਬਾਬਾ ਜ਼ਿੰਦਗੀ ਗਊਆਂ ਲੇਖੇ ਲਾ ਗਿਆ। ਇੱਕ ਨਾ ਇੱਥੇ ਇੱਧਰ ਸੰਤਾ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਬੜੀ ਮਹਾਨ ਆਤਮਾ ਹੈ, ਉਹ ਖਾਂਦੇ ਵੀ ਕੁਝ ਨਹੀਂ, ਸਮਾਗਮ ਸਦਾ ਹੀ ਉਹਨਾਂ ਦੇ ਚੱਲਦੇ ਹੈ। ਉਹਨਾਂ ਦਾ ਨਾਂ ਹੈ ਸੰਤ ਬਾਬਾ ਹਰਚਰਨ ਸਿੰਘ ਜੀ, ਜਿਨ੍ਹਾਂ ਨੇ ਸ਼ਾਇਦ ਕਈਆਂ ਨੇ ਦਰਸ਼ਨ ਕੀਤੇ ਹੋਣਗੇ। ਵਿਦਵਾਨਾਂ ਦਾ ਬਹੁਤ ਵੱਡਾ ਸਤਿਕਾਰ ਕਰਦੇ ਹੈ, ਕੀਰਤਨੀ ਜਥੇ, ਢਾਡੀ ਜਥੇ, ਕਮਿਸ਼ਨ ਜਥੇ, ਪ੍ਰਚਾਰਕ ਲਗਾਤਾਰ ਹੀ ਉਹਨਾਂ ਦੇ ਮਹੀਨੇ ਵਿੱਚ, ਮੇਰਾ ਖਿਆਲ ਹੈ ਕਿ 15-20 ਪ੍ਰੋਗਰਾਮ ਇੱਕ ਮਹੀਨੇ ਵਿੱਚ ਹੁੰਦੇ ਹੈ, ਤੇ ਉਹਨਾਂ ਕੋਲ ਅਸੀਂ ਜਾਂਦੇ ਰਹੇ ਹਾਂ। ਤੇ ਸਾਡੇ ਪਿਤਾ ਜੀ ਇਹ ਕਵਿਤਾ ਕਿਹਾ ਕਰਦੇ ਸਨ, ਮਮਤਾ ਦੀ ਮੂਰਤਾਂ ਹੁੰਦੀਆਂ ਮਾਵਾਂ ਠੰਡੀਆਂ ਸ਼ਾਮ, ਉਹ ਆਪਣੇ ਲਹਿਜੇ ਨਾਲ ਉਹ ਛੰਦ ਗਾਇਆ ਕਰਦੇ ਸਨ, ਤੇ ਅਸੀਂ ਸੋਚਿਆ ਵੀ 2-3 ਬਣਾ ਕੇ ਆਏ, ਉਹਨਾਂ ਨੇ ਫਿਰ ਸਪਾਰਕ ਕੀਤੀ, ਉਹ ਹਰ ਜਿਹੜੇ ਵੀ ਸਮਾਗਮ ਤੇ ਅਸੀਂ ਜਾਈਏ ਉਹ ਸਾਡੇ ਕੋਲ ਉਹ ਛੰਦ ਜ਼ਰੂਰ ਹੀ ਸੁਣਦੇ ਹੈ, ਮਮਤਾ ਦੀ ਮੂਰਤਾਂ ਹੁੰਦੀਆਂ ਮਾਵਾਂ ਠੀਆਂ ਛਾਂ, ਤੇ ਅਸੀਂ ਸੋਚਿਆ ਵੀ ਅੱਗੇ ਵੀ ਇੱਥੇ ਆਉਂਦੇ ਰਹੇ ਹਾਂ ਤੇ ਤਰਜ ਬਦਲ ਦਈਏ, ਉਹ ਅਸੀਂ ਤਰਜ ਬਦਲ ਕੇ ਛੰਦ ਲਾਤਾ। ਉਹਨਾਂ ਨੇ ਫਿਰ ਜਿੱਤ ਘੱਲੀ, ਮਹਾਂਪੁਰਸ਼ਾਂ ਨੇ ਨਹੀਂ ਦਿੰਦਾ, ਪਹਿਲਾਂ ਤੁਸੀਂ ਗਾਉਂਦੇ ਸੋ ਤੇ ਉਸੇ ਤਰ੍ਹਾਂ ਤੇ ਗਾਇਓ, ਤੇ ਮੈਨੂੰ ਵੀ ਆਉਣ ਲੱਗਾ ਵੀ ਜਿਹੜੀ ਰਾਤ ਵਾਲੀ ਤਰਜ ਸੀ ਉਹ ਆਪਣੀ ਥਾਂ ਸੀ, ਦਲਜੀਤ ਸਿੰਘ ਓਦਾਂ ਹੀ ਆ ਜਿੱਦਾਂ ਰਾਤੀ ਲਾਇਆ। ਮਾਨੋ ਧਰਤੀ ਹਿੱਲ ਗਈ ਚਾਲਾ ਜਦ ਮਹਾਂਪੁਰਸ਼ਾਂ ਪਾਇਆ, ਜਿਸ ਨੇ ਵੀ ਸੁਣ ਲਿਆ ਸੀ ਚੱਲ ਕੇ ਸੁਣ ਹਰ ਦਿਲ ਰੋਂਦਾ ਸੀ ਸਿੰਘ ਬਾਬਾ ਜ਼ਿੰਦਗੀ ਗਊਆਂ ਲੇਖੇ ਚਾਲਾ ਜਦ ਮਹਾਂਪੁਰਸ਼ਾਂ ਪਾਇਆ, ਜਿਸ ਨੇ ਵੀ ਸੁਣ ਲਿਆ ਸੀ ਚੱਲ ਕੇ
ਤੂੜਾ ਤਖੜਾ ਤੇ ਗਦਰੇ ਪਾਲੇ ਵਿੱਚ
ਬਾਲਾ ਸਿੰਘ ਬਾਬਾ ਸੰਗਤਾਂ ਨੇ ਕੀਤਾ ਹੈ। ਪਰ ਮੈਂ ਇੱਕ ਗੱਲ ਬੇਨਤੀ ਕਰਾਂਗਾ ਸਾਰੀ ਸੰਗਤ ਨੂੰ, ਉਹਨਾਂ ਮਹਾਂਪੁਰਸ਼ਾਂ ਵਿੱਚ ਬਹੁਤ ਵੱਡੀ ਦਇਆ ਸੀ, ਦਇਆ। ਗਊਆਂ ਦੀ ਗੱਲ ਤਾਂ ਵੱਖਰੀ, ਕੀੜੀਆਂ ਛੋਟੇ ਕੀੜੇ, ਹਰ ਜਾਨਵਰ ਨੂੰ ਪਿਆਰ ਕੀਤਾ ਹੈ। ਜੇ ਕਿਤੇ ਗਊਆਂ ਬਿਮਾਰ ਹੋ ਗਈਆਂ ਤੇ ਉਹਨਾਂ ਵਾਸਤੇ ਸਿਮਰਨ ਅਰਦਾਸਾਂ। ਇੱਕ ਗੱਲ ਸਿੱਖਿਆ ਜ਼ਰੂਰ ਲੈ ਕੇ ਜਾਈਏ, ਉਹਨਾਂ ਨੇ ਭਲਾ ਕੀਤਾ ਜਾਨਵਰਾਂ ਦਾ ਵੀ ਤੇ ਬੰਦਿਆਂ ਦਾ ਵੀ। ਜੇ ਜ਼ਿੰਦਗੀ ਵਿੱਚ ਕਿਸੇ ਦਾ ਭਲਾ ਨਹੀਂ ਕਰ ਸਕਦੇ ਤੇ ਮਹਾਂਪੁਰਸ਼ਾਂ ਦੀ ਜ਼ਿੰਦਗੀ ਤੇ ਪ੍ਰਣ ਕਰੀਏ ਕਿਸੇ ਦਾ ਬੁਰਾ ਵੀ ਨਾ ਕਰੀਏ। ਕੋਸ਼ਿਸ਼ ਤੇ ਕਰੀਏ ਕੋਈ ਭਲਾ ਕਰ ਲਈਏ ਕਿਸੇ ਦਾ, ਪਰ ਹੱਥ ਜੋੜ ਕੇ ਬੇਨਤੀ ਹੈ ਕਦੇ ਕਿਸੇ ਦਾ ਬੁਰਾ ਨਾ ਕਰੀਏ ਤੇ ਨਾ ਚਿਤਵੀਏ, ਕਿਉਂਕਿ ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਹੈ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਤੂੰ ਕਿਸੇ ਦਾ
ਬੁਰਾ ਨਾ ਚਿੱਤ ਤੈਨੂੰ ਕੋਈ ਦੁੱਖ ਨੂੰ ਲੱਗੇਗਾ। ਬਿਸਰ ਗਈ ਸੰਤਾਤ ਪਰਾਈ ਜਬ ਤੇ ਸਾਧ ਸੰਗ ਤੂੰ ਪਾਈ, ਨਾ ਕੋ ਵੈਰੀ ਨਾ ਹੀ ਬਗਾਨਾ, ਸਗਲ ਸੰਗ ਹਮਕੋ ਬਣਿਆਈ। ਲਓ ਜੀ ਦੂਸਰੀ ਕਵਿਤਾ ਜਿਹੜੀ ਉਹ ਵੀ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨੀ ਹੈ। ਇਹ ਮੈਂ ਰਾਤੀ ਵੀ ਬੇਨਤੀ ਕੀਤੀ ਸੀ, ਗੰਗਾ ਇਹ ਵਿਛੋੜਾ, ਭਾਈ ਸਾਹਿਬ ਨੇ ਸ਼ਬਦ ਪੜਿਆ ਸੀ ਬਹੁਤ, ਇਹ ਵਿਛੋੜਾ ਸਹਿਆ ਨਾ ਜਾਏ। ਜਾਨਵਰ ਵੀ ਮਹਿਸੂਸ ਕਰਦੇ ਆ, ਕਿਉਂ ਨਾ ਮਹਿਸੂਸ ਕਰਨ, ਜਿਨ੍ਹਾਂ ਦੀ ਪਾਲਣਾ, ਜਿਨ੍ਹਾਂ ਨੂੰ ਬੱਚਿਆਂ ਵਾਂਗ ਪਾਲਿਆ, ਮਾਂ ਬਣ ਕੇ ਮਾਂ ਬਣ ਕੇ, ਉਹ ਕਿਉਂ ਨਾ ਮਹਿਸੂਸ ਕਰ, ਉਹ ਵੀ ਅਨੁਭਵ ਕਰਦੀਆਂ ਗਊਆਂ ਵੀ, ਜਿਵੇਂ ਆਪਾਂ ਬਹੁਤ ਸਾਰੇ ਲੋਕ ਉਹਨਾਂ ਦੇ ਜਾਣ ਤੋਂ ਰੋਂਦੇ ਰਹੇ, ਕਿਉਂਕਿ ਏਡੀ ਵੱਡੀ ਉਹਨਾਂ ਦੀ ਦੇਣ, ਏਡੀ ਵੱਡੀ ਸੇਵਾ, ਉਹਨੂੰ ਮੁੱਖ ਰੱਖ ਕੇ ਰੋਗੀਆਂ ਦੇ ਰੋਗ ਦੂਰ ਕਰਨੇ, ਗਊਆਂ ਜਾਨਵਰਾਂ ਦਾ ਭਲਾ ਕਰਨਾ, ਨਿਰੇ ਮਨੁੱਖ ਨਹੀਂ ਪਸ਼ੂ ਵੀ ਰੋਂਦੇ ਹੈ। ਉਹਨਾਂ ਗਊਆਂ ਨੇ ਬਾਬਾ ਜੀ ਦੇ ਜਾਣ ਤੇ ਜੋ ਕੁਝ ਕਿਹਾ ਕਿ ਤੂੰ ਸਾਡਾ ਵਾਰਸ ਹੈ, ਤੂੰ ਸਾਨੂੰ ਸੰਭਾਲਦਾ ਸੈਂ, ਦਿਨੇ ਰਾਤ ਸਾਡਾ ਫਿਕਰ ਕਰਦਾ ਸੈਂ, ਤੇਰਾ ਵਿਛੋੜਾ ਸਾਡੇ ਕੋਲ ਸਹਿਆ ਨਹੀਂ ਜਾਂਦਾ, ਕਿੱਥੇ ਚਲੇ ਗਏ ਸਾਡੇ ਵਾਰਸਾ। ਰੋ ਰੋ ਕੇ ਗਊਆਂ ਜੋ ਕੁਝ ਕਹਿੰਦੀਆਂ, ਬੜੀਆਂ ਕਾਬਲੇ ਗੁਰ ਲਾਈਨਾਂ ਹਨ, ਪਿਆਰ ਨਾਲ ਸਰਵਣ ਕਰੋ। ਤੇ ਇਹਦੇ ਨਾਲ ਹੀ ਆਪਾਂ ਸਮਾਪਤੀ, ਕਿਉਂਕਿ ਬਹੁਤ ਸਾਰੇ ਜਥੇ ਕੀਰਤਨੀ ਜਥੇ, ਮੈਂ ਨਹੀਂ ਚਾਹੁੰਦਾ ਕਿ ਆਪਾਂ ਹੀ ਸਾਰਾ ਟਾਈਮ ਲਾਈ ਜਾਈਏ, ਸਾਰੇ ਸ਼ਰਧਾ ਨਾਲ ਸਤਿਕਾਰ ਦੇ ਨਾਲ ਆਏ ਆ। ਤੇ ਮੈਂ ਤਾਂ ਸਮਝਦਾ ਕਿ ਬਹੁਤ ਵੱਡੇ ਭਾਗਾਂ ਵਾਲੇ ਹਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਇਹ ਲਗਾਤਾਰ ਹੀ ਕਈਆਂ ਦਿਨਾਂ ਤੋਂ ਲੈ ਕੇ ਇਸੇ ਤਰ੍ਹਾਂ ਇਹ ਸੇਵਾਵਾਂ ਕਰ ਰਹੇ ਆ, ਬਾਬਾ ਜੀ ਦੇ ਨਾਲ ਪਿਆਰ ਨਾਲ ਵਿਚਰੇ ਵੀ ਹੈ। ਸੱਤੇ ਪਾਤਸ਼ਾਹ ਕਿਰਪਾ ਕਰਨ, ਚਰਨ ਸਿੰਘ ਜੀ ਪਹਿਲਵਾਨ ਸਾਹਿਬ ਉਹਨਾਂ ਵੱਲੋਂ ਮਾਇਆ ਆਈ ਹੈ, ਹੋਰ ਵੀਰਾਂ ਵੱਲੋਂ ਸਤਿਕਾਰ ਕੀਤਾ ਗਿਆ। ਸਰਵਣ ਕਰੋ ਜੀ, ਜਿਵੇਂ ਗਊਆਂ ਇਹ ਵਿਛੋੜਾ ਨਾ ਸਹਿਲੀਆਂ ਹੋਈਆਂ, ਬਾਬਾ ਜੀ ਨੂੰ ਕੁਝ ਕਹਿ ਰਹੀਆਂ, ਉਹਨਾਂ ਸ਼ਬਦਾਂ ਨੂੰ ਇੱਕ ਛਾਂਦੇ ਰਾਹੀਂ ਜਥਾ ਬੇਨਤੀ ਕਰਿਆ, ਪਿਆਰ ਨਾਲ ਸੁਣੋ। ਧਨ ਪਰਪਕਾਰੀ ਬਾਬਿਆ, ਧਨ ਪਰਪਕਾਰੀ ਬਾਬਿਆ, ਕਿਉਂ ਤੁਰ ਗਿਓ ਛੱਡ ਨਿਮਾਣੀਆਂ, ਰੋਰੀ ਜਾਂਦੇ ਨਾਲ ਪਾਲਦਾ, ਕਿਵੇਂ ਸਾਨੂੰ ਭੁੱਲਣ ਕਹਾਣੀਆਂ, ਕਿਵੇਂ ਸਾਨੂੰ ਭੁੱਲਣ ਕਹਾਣੀਆਂ। ਤੇਰੀ ਯਾਦ ਚ ਧਰਮੀ ਸੇਵਕਾ, ਤੇਰੀ ਯਾਦ ਚ ਧਰਮੀ ਸੇਵਕਾ, ਅੱਜ ਲੱਖਾਂ